ਜੀ ਕੀ ਨਾਮ ਜੀ ਆਪਣਾ? ਮੇਰਾ ਨਾਮ ਜਗਤਾਰ ਸਿੰਘ ਆ। ਜਗਤਾਰ ਜੀ, ਅੱਜ ਜਿਹੜੀਆਂ ਬੱਸਾਂ ਬੰਦ ਕੀਤੀਆਂ ਗਈਆਂ ਕੀ ਕਾਰਨ ਹੋ ਗਿਆ? ਇਹਦਾ ਕਾਰਨ ਹੀ ਆਧਾਰ ਕਾਰਡ ਆ ਜੀ। ਹੁਣ ਪ੍ਰਾਈਵੇਟ ਬੱਸਾਂ ਵਾਲੇ ਕੀ ਕਾਰਨ, ਹੁਣ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ ਮੇਰੇ ਸਾਹਮਣੇ। ਕਿੱਥੇ ਜਾਣਗੇ ਸਾਰੇ? ਕਿੰਨੇ ਲੋਕ ਆ ਦੇਖੋ, ਕਿੰਨੇ ਬੇਰੁਜ਼ਗਾਰ ਹੋ ਰਹੇ। ਇਸ ਕਰਕੇ ਜੇ ਹਾਂ ਠੀਕ ਹੈ ਚਲਾਉਣਾ ਚਾਹੁੰਦੇ ਆ, ਕੋਈ ਸ਼ਨੀਵਾਰ ਐਤਵਾਰ ਦਾ ਕਰ ਲੈਣਾ, ਜਾਂ ਕੋਈ 60 ਸਾਲ ਦੀ ਏਜ ਦਾ, ਭਾਵੇਂ ਬੁੜੀ ਭਾਵੇਂ ਬੰਦਾ ਹੀ ਕਰ ਦੇਣ, ਬੁੜੀ ਬੰਦਾ 60 ਸਾਲ ਦੀ ਏਜ 'ਚ ਕਰ ਦੇਣ ਚੱਲ। ਇਹ ਤਾਂ ਜੇ ਲਾ ਲਓ ਵੀ ਨੌਕਰੀ ਕਰਦਾ 60-70 ਹਜ਼ਾਰ ਦੀ, ਉਹ ਵੀ ਫਰੀ ਸਫ਼ਰ ਕਰ ਰਿਹਾ, ਇਹ ਤਾਂ ਕੋਈ ਕਾਰਨ ਤਾਂ ਨਾ ਹੋਇਆ। ਜਿਹੜੇ ਅਸੀਂ 70 ਹਜ਼ਾਰ ਤਨਖਾਹ ਫਰੀ ਸਫ਼ਰ ਕਰ ਰਿਹਾ, ਅਤੇ ਅਸੀਂ ਕਿੱਥੇ ਜਾਵਾਂਗੇ? ਅਸੀਂ ਆਪਣੇ ਬੱਚੇ ਲੈ ਕੇ ਕਿੱਥੇ ਜਾ ਸਕਦੇ? ਸਰਕਾਰ ਵੱਲੋਂ ਤੁਹਾਨੂੰ ਜਿਹੜਾ ਹੈਗਾ, ਜਿੱਦਾਂ ਜੇਕਰ ਸਰਕਾਰੀ ਬੱਸਾਂ ਵਾਲਿਆਂ ਨੂੰ ਹੈਗਾ ਵਾ, ਉਹਨਾਂ ਨੂੰ ਕਿਹਾ ਗਿਆ ਸੀਗਾ ਆਧਾਰ ਕਾਰਡ ਜਿਹੜਾ ਹੈਗਾ ਚਲਾਉਣਾ ਹੈਗਾ, ਅਤੇ ਪ੍ਰਾਈਵੇਟਾਂ ਨੂੰ ਵੀ ਹੁਣ ਕਰ ਦਿੱਤਾ, ਹੁਣ ਕਿੱਦਾਂ ਦੇਖਦੇ ਆ? ਹੁਣ ਤਾਂ ਦੇਖੋ, ਦੇਖਣਾ ਕੀ ਹੈ ਜੀ, ਇਹ ਤਾਂ ਬਿਲਕੁਲ ਹੀ ਬੰਦ ਹੋਣਾ ਚਾਹੀਦਾ, ਇਹ ਸਾਡੇ ਵਾਸਤੇ ਸਹੀ ਹੈ ਨਹੀਂ। ਕਿੱਥੇ ਜਾਵਾਂਗੇ? ਪ੍ਰਾਈਵੇਟ ਆਪਣੀਆਂ ਫਿਰ ਕੰਪਨੀਆਂ ਵਿੱਚ ਮਾਲਕ ਚੱਲ ਜਾਣਗੇ ਸਾਈਡ 'ਤੇ, ਤਾਂ ਇੰਨੇ ਨੌਜਵਾਨ ਕਿੱਥੇ ਜਾਣਗੇ? ਫਿਰ ਰੁਜ਼ਗਾਰ ਦੇਣ ਥੋੜ੍ਹਾ ਦੇਰ ਖੋਲ੍ਹਦੇ ਆ ਰੁਜ਼ਗਾਰ। ਹੁਣ ਤੁਸੀਂ ਜੇਕਰ ਸਰਕਾਰ ਨੇ ਤੁਹਾਡੀ ਮੰਗ ਨਹੀਂ ਮੰਨਦੀ, ਅਗਲਾ ਸੰਘਰਸ਼ ਕੀ ਹੋਵੇਗਾ? ਅਗਲਾ ਸੰਘਰਸ਼ ਕਮੇਟੀ ਜੋ ਕਮੇਟੀਆਂ ਜੋ ਕਰਨਗੀਆਂ ਕਰਨਗੀਆਂ, ਬਾਕੀ 14 ਅਗਸਤ ਤੱਕ ਕਾਲੇ ਝੰਡੇ ਲਾਏ ਜਾਣਗੇ ਸਾਰੇ, ਜੋ ਵੀ ਹੈਗਾ ਉਹਨਾਂ ਨਿਰਣਾ ਵਾ ਸਾਰਿਆਂ ਦੇ ਨਾਲ ਆ, ਹੋਊਗਾ ਸਭ ਕੁਛ। ਭਾਅ ਜੀ ਕੀ ਨਾਮ ਜੀ? ਗਗਨਦੀਪ। ਗਗਨਦੀਪ ਜੀ, ਅੱਜ ਕੀ ਕਾਰਨ ਆ ਜਿਹੜਾ ਬੱਸਾਂ ਸਾਰੀਆਂ ਬੰਦ ਕੀਤੀਆਂ ਗਈਆਂ ਪ੍ਰਾਈਵੇਟ? ਕਾਰਨ ਆਹ ਪਹਿਲਾਂ ਆਧਾਰ ਕਾਰਡ ਦਾ ਹੀ ਆ, ਆਧਾਰ ਕਾਰਡ ਤੋਂ ਜਿੱਦਾਂ ਹੁਣ ਓਵਰ ਏਜ ਜਨਾਨੀਆਂ ਆ ਉਹ ਬੱਸਾਂ ਦੇ ਵਿੱਚ ਡਿੱਗਦੀਆਂ, ਸੱਟਾਂ ਲਵਾਉਂਦੀਆਂ ਆ, ਨੁਕਸਾਨ ਤਾਂ ਸਾਰਾ ਟਰਾਂਸਪੋਰਟ ਦੀ ਪੈਂਦਾ। ਬਾਕੀ ਨਾਲੇ ਚਲੋ ਜੇ